ਅਸਲਾਮੁਅਲੈਕੁਮ ਜੀ, ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ 'ਚ। ਉਮੀਦ ਕਰਦੇ ਹਾਂ ਕਿ ਸਭ ਠੀਕ ਠਾਕ ਹੋਣਗੇ ਅੱਲਾਹ ਦੇ ਕਰਮ ਤੇ ਫਜ਼ਲ ਨਾਲ ਜੀ। ਅਲਹਮਦੁਲਿਲਾ ਅਸੀਂ ਵੀ ਠੀਕ ਹਾਂ ਮਾਸ਼ਾਅੱਲਾ ਜੀ, ਮਾਸ਼ਾਅੱਲਾ ਅੱਲਾਹ ਦੀ ਰਹਿਮਤ ਹੋਣ ਡੇਰੀ ਆ। ਸ਼ਾਮ ਤਕਰੀਬਨ ਮਗਰਿਬ ਤੋਂ ਬਾਅਦ ਅੱਜ ਮਤਲਬ ਬਹੁਤ ਜ਼ਿਆਦਾ ਕਾਲੇ ਕਾਲੇ ਆ ਨਾ, ਕਿ ਅਸੀਂ ਬਹੁਤੇ ਚਿਰ ਹਨੇਰਾ ਹੋ ਗਿਆ ਅਤੇ ਮਾਸ਼ਾਅੱਲਾ ਇੰਨੀ ਉਹ ਆ ਰਹੀ ਸੀ ਨਾ ਮੇਰੀ ਹੱਥ ਨਹੀਂ, ਅਤੇ ਹੁਣ ਕੜਾਹੀ ਰੱਖੀ ਹੋਈ ਆ ਕਿ ਬਾਰਿਸ਼ ਦਾ ਪਾਣੀ ਇਹ ਮੈਂ ਜਮ੍ਹਾਂ ਕਰਾਂਗੀ, ਜਮ੍ਹਾਂ ਕਰਕੇ ਫਿਰ ਮੈਂ ਪੀਵਾਂਗੀ। ਇਹ ਬਹੁਤ ਹੀ ਮਜ਼ੇਦਾਰ ਅਤੇ ਮਿੱਠਾ ਮਿੱਠਾ ਹੁੰਦਾ ਵਾ, ਅਤੇ ਇਹਨੂੰ ਪੀਣਾ ਸ਼ਿਫਾਈ ਹੈਗੀ ਆ। ਅਤੇ ਹੁਣ ਜੀ ਰੈਸਪੀ ਜਿਹੜੀ ਹੈ, ਕਰੇਲੇ ਮੈਂ ਦੁਪਹਿਰ ਦੇ ਬਣਾ ਕੇ ਰੱਖੇ ਸੀ, ਬਾਰਿਸ਼ ਹੀ ਨਹੀਂ ਸੀ। ਮੈਂ ਇਹ ਸੋਚ ਰਹੀ ਹੁਣ ਹੱਟੀ ਹੁਣ ਹੱਟੀ ਹੁਣ ਹੱਟੀ, ਸ਼ਾਮ ਦੀ ਬਾਰਿਸ਼ ਹੋਣ ਰਹੀ ਆ। ਤਕਰੀਬਨ ਦੁਪਹਿਰੇ ਬਾਰਿਸ਼ ਹੋਈ, ਮਾੜੀ ਜਿਹੀ ਰੋਕੀ, ਫਿਰ ਹੋਈ ਫਿਰ ਰੋਕੀ, ਅਤੇ ਫਿਰ ਹੋਈ ਗਈ। ਮੈਂ ਕਿਹਾ ਚੱਲ ਉੱਠ ਕੋਨੀ, ਲੇਕਿਨ ਤਾਂ ਨਹੀਂ ਪਾ ਹੋਈ। ਅਤੇ ਹੁਣ ਮੈਂ ਕਿਹਾ ਬਾਰਿਸ਼ ਦੇ ਵਿੱਚ ਹੀ ਨਾ ਬਣਾ ਲੈਂਦੇ ਹਾਂ। ਮਾਸ਼ਾਅੱਲਾ ਜੀ ਮੈਨੂੰ ਬਾਰਿਸ਼ ਨਹਾਉਣ ਦਾ ਬਹੁਤ ਸ਼ੌਕ ਹੈਗਾ ਵਾ, ਮੈਨੂੰ ਬਾਰਿਸ਼ ਦੇ ਵਿੱਚ ਨਹਾਉਣ ਦਾ ਸ਼ੌਕ ਹੈਗਾ। ਜ਼ਰੂਰ ਦੱਸਣਾ ਵਾ ਅਤੇ ਹਾਂਜੀ ਜੀ, ਹੁਣ ਅਸੀਂ ਬਣਾਉਣ ਲੱਗੇ ਹਾਂ ਜੀ ਕਰੇਲੇ, ਕਿਉਂਕਿ ਕਿਚਨ 'ਚ ਆ ਗਏ ਹਾਂ, ਬਾਹਰ ਤਾਂ ਬਹੁਤ ਬਾਰਿਸ਼ ਆ। ਕਰੇਲੇ ਜੀ ਮੈਂ ਧੋ ਕੇ ਰੱਖੇ ਹੋਏ ਸੀ, ਵਿੱਚ ਨਮਕ ਲਗਾ ਕੇ ਰੱਖੇ ਸੀ, ਹੁਣ ਧੋ ਲਾਂਗੇ ਆਪਾਂ। ਟੋਕਰੀ ਚੁੱਕ ਲਾਂਗੇ ਹਾਂਜੀ ਜੀ। ਟੋਕਰੀ ਨੂੰ ਪਹਿਲਾਂ ਧੋ ਲਾਂਗੇ, ਹਾਂਜੀ ਜੀ ਫਰਿੱਜ 'ਚ ਮੈਂ ਰੱਖੇ ਹੋਏ ਸੀ ਘੀ ਨਾ, ਕੱਲ੍ਹ ਚਿਪਸ ਫਰਾਈ ਕੀਤੀ ਸੀ ਅਤੇ ਉਹ ਬਚ ਗਿਆ ਸੀ। ਅੱਖਾਂ ਕਰਾਂਗੇ ਬੰਦ ਅਤੇ ਹਾਂ ਸਹੀ ਹੈ, ਕਲੀਅਰ ਹੋ ਗਿਆ, ਅਤੇ ਇਹਨੂੰ ਚਲਾ ਲਾਂਗੇ। ਬਿਸਮਿਲਾ ਕਰਕੇ ਘਿਓ ਮੇਰੇ 'ਚ ਪਾ ਲਾਂਗੇ, ਘੇ ਗਰਮ ਹੋ ਗਿਆ। ਫਰਿੱਜ ਰੱਖਿਆ ਸੀ ਨਾ ਤਾਂ ਕਰੋ ਬਹੁਤੀ
ਟੰਕਣ ਟੰਕਣ ਦੀ ਆਵਾਜ਼ ਆਉਣ ਰਹੀ ਹੈ। ਪਹਿਲੇ ਪਾ ਦਾਂਗੇ ਇਹਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਜੀ। ਨਾਨ ਮੈਂ ਬਣਾਉਣ ਲੱਗੀ ਹਾਂ, ਮੌਸਮ ਜਿੱਦਾਂ ਕਿ ਬਹੁਤ ਜ਼ਬਰਦਸਤ ਆ, ਅਤੇ ਹੱਥ ਦੀਆਂ ਪੋਟੀਆਂ ਵਾਲੀਆਂ ਸੇਵੀਆਂ ਮਾਸ਼ਾਅੱਲਾ ਜੀ ਬਹੁਤ ਹੀ ਮਜ਼ੇ ਦੀਆਂ ਹੁੰਦੀਆਂ ਵਾ, ਇਹਨਾਂ ਪੋਟੀਆਂ ਨਾਲ ਬਣਦੀਆਂ ਵਾ ਮਾਸ਼ਾਅੱਲਾ ਜੀ, ਵੇਖ ਸਕਦੇ ਹੋ। ਹਾਂਜੀ ਪਿਆਲੀ 'ਚ ਤਾਂ ਪਾਈਆਂ ਹੈਗੀਆਂ ਵੀ ਮਿਣ ਲਈਆਂ ਹੈਗੀਆਂ, ਫਿਰ ਇਸ ਹਿਸਾਬ ਨਾਲ ਨਾ ਚੀਨੀ ਵੀ ਪਾਉਣੀ ਹੁੰਦੀ ਆ। ਹਾਂਜੀ ਜੀ ਇੱਧਰ ਕਰੇਲੇ ਫਰਾਈ ਹੋਣ ਡੇ ਆ, ਅਤੇ ਇੱਧਰ ਜਿਵੇਂ ਘੀ ਪਾ ਲਾ ਸੇਵੀਆਂ ਲਈ। ਬਿਸਮਿਲਲਾ ਹਾਂਜੀ ਜੀ ਮਾਸ਼ਾਅੱਲਾ ਜੀ ਆ ਮੈਂ ਇਲਾਇਚੀ ਜਿਹੜੀ ਆਪਾਂ ਇਸਤੇਮਾਲ ਕਰਦੇ ਹਾਂ ਖਾਣੇ, ਉਹਦੇ ਪੱਤੇ ਲਿਆ ਕੇ ਰੱਖੇ ਹੋਏ ਆ ਸੁਕਾਏ ਆ। ਇਹ ਨਾ ਚਾਏ ਦੇ ਵਿੱਚ ਅਗਰ ਇਲਾਇਚੀ ਦੀ ਜਗ੍ਹਾ ਚਾਏ ਦੀ ਜਗ੍ਹਾ ਅਗਰ ਪੱਤੇ ਵੀ ਇਲਾਇਚੀ ਦੇ ਪਾਏ ਜਾਣ ਨਾ ਤਾਂ ਤਾਂ ਵੀ ਚਾਏ ਬਹੁਤ ਮਜ਼ੇ ਦੀ ਬਣਦੀ ਆ। ਹਾਂਜੀ ਜੀ ਕਰੇਲੇ ਆਪਣੇ ਮਾੜੇ ਮਾੜੇ ਲਾਈਟ ਬਰਾਊਨ ਹੋਣਗੇ। ਨਾਲ ਹੀ ਜੀ ਪਿਆਜ਼ ਪਾ ਲਾਂਗੇ। ਫਰਾਈ ਕਰ ਲਾਂਗੇ ਇਲਾਇਚੀ ਪਾਊਡਰ ਜੀ, ਮੈਂ ਇਲਾਇਚੀ ਕੁੱਟ ਕੇ ਰੱਖੀਆਂ ਹੋਈਆਂ, ਸਿਰਫ ਇੱਕ ਚੁਟਕੀ ਥੋੜ੍ਹੀ ਜਿਹੀ ਪਾ ਲਾਂਗੇ ਵਿੱਚ ਇਲਾਇਚੀ। ਇਲਾਇਚੀ ਪਾਉਂਦੇ ਹਾਂ ਜੀ, ਮਾਸ਼ਾਅੱਲਾ ਖੁਸ਼ਬੂ ਬਹੁਤ ਪਿਆਰੀ ਆਉਣ ਲੱਗ ਗਈ।
ਮੇਰੀ ਆਦਤ ਥੋੜ੍ਹੀ ਮੱਠੀ ਕਰ ਲੈ। ਹਾਂਜੀ ਜੀ, ਹੁਣ ਸੇਵੀਆਂ ਪਾ ਕੇ, ਘਿਓ ਆਪਣਾ ਗਰਮ ਹੋ ਗਿਆ ਫੁੱਲ, ਸੇਵੀਆਂ ਪਾ ਕੇ ਇਹਨਾਂ ਨੂੰ ਬਰਾਊਨ ਕਰ ਲਾਂਗੇ। ਇੰਨਾ ਹੀ ਮਿੱਠਾ ਲੈਣ ਪਾ ਲਾਂਗੇ। ਹਰੀ ਮਿਰਚ ਨੂੰ ਜੀ ਬਰੀਕ ਬਰੀਕ ਕੱਟ ਲਾਂਗੇ, ਟਮਾਟਰ ਕੱਟ ਲਿਆ ਸੀ। ਹਾਂਜੀ ਜੀ, ਮਾਸ਼ਾਅੱਲਾ ਜੀ, ਸੇਵੀਆਂ ਦੇਖੋ ਕਿੰਨਾ ਪਿਆਰਾ ਕਲਰ ਕੱਢ ਲਿਆ। ਹੁਣ ਜੀ ਚੀਨੀ ਪਾ ਦਾਂਗੇ, ਨਾਲ ਹੀ ਪਾਣੀ ਪਾ ਦਾਂਗੇ। ਹਾਂਜੀ ਜੀ, ਜਿੰਨੀਆਂ ਸੇਵੀਆਂ ਸੀ ਉੱਨੀ ਚੀਨੀ ਪਾਈ ਅਤੇ ਸੇਵੀਆਂ ਤੋਂ ਤਰਦਾ ਤਰਦਾ ਪਾਣੀ ਪਾਇਆ ਵਾ, ਤਕਰੀਬਨ ਉੱਨਾ ਹੀ ਪਾਣੀ ਪਾਇਆ ਵਾ। ਅਤੇ ਜੀ ਹੁਣ ਦੂਸਰੀ ਸਾਈਡ ਦੇ ਅੱਗ ਨੂੰ ਸਲੋ ਕਰ ਲਾਂਗੇ। ਲਾਲ ਮਿਰਚਾਂ, ਹਲਦੀ, ਨਮਕ ਥੋੜ੍ਹਾ ਹੀ ਪਾਵਾਂਗੇ ਕਿਉਂਕਿ ਇਹਨਾਂ ਨਮਕ ਲਗਾ ਕੇ ਕਾਫੀ ਦੇਰ ਰੱਖਿਆ ਸੀ। ਜ਼ੀਰਾ, ਚੰਗੀ ਤਰ੍ਹਾਂ ਹਿਲਾਵਾਂਗੇ। ਮਾਸ਼ਾਅੱਲਾ ਜੀ, ਕਰੇਲਿਆਂ ਦੇ ਸੇਵੀਆਂ ਦੀ ਖੁਸ਼ਬੂ ਬੜੀ ਮਜ਼ੇ ਦੀ ਆਉਣ ਡਈ। ਅਤੇ ਹੁਣ ਜੀ ਟਮਾਟਰ ਮਿਰਚਾਂ ਪਾ ਦਾਂਗੇ। ਮਾਸ਼ਾਅੱਲਾ ਜੀ, ਸੇਵੀਆਂ ਵੱਲ ਤਾਂ ਰੈਡੀ ਹੋ ਗਈਆਂ ਅਤੇ ਹੁਣ ਦਮ ਦੇ ਲਾਂਗੇ।
ਬਾਰਿਸ਼ 'ਚ ਵੀ ਅੰਬ ਵਿਕਣ ਆਏ ਖੜ੍ਹੇ ਆ, ਅਤੇ ਰੋਟੀ ਲੈਣ ਗਏ ਸੀ ਅਤੇ ਅੱਜ ਕੱਲ੍ਹ ਰੋਟੀ ਨਹੀਂ ਲੱਭਣੀ ਤੰਦੂਰ ਤੋਂ ਨਾ, ਅਤੇ ਤੰਦੂਰ ਚੰਗਾ ਹੋ ਗਿਆ ਅਤੇ ਰੋਟੀ ਤੰਦੂਰ ਤੋਂ ਲੱਭ ਗਈ। ਅਤੇ ਸਾਲੀ ਜੀ ਰੈਡੀ ਹੋ ਗਿਆ ਸੀ ਮਸਾਲਾ ਪਾ ਕੇ ਜੀ ਮਾਸ਼ਾਅੱਲਾ, ਅਤੇ ਜੀ ਵੇਖਿਆ ਹੋਣਾ ਵੀ ਥੋੜ੍ਹਾ ਥੋੜ੍ਹਾ ਬਣਾਉਂਦੇ ਕਿਉਂਕਿ ਅਸੀਂ ਘਰ ਦੇ ਵਿੱਚ ਦੋ ਹੀ ਲੋਕ ਹਾਂ, ਇਸ ਲਈ ਸ਼ਾਇਦ ਥੋੜ੍ਹੀ ਪੱਕਦੀ ਆ, ਜਦੋਂ ਸ਼ਾਇਦ ਬਹੁਤੀ ਪੱਕਦੀ ਉਦੋਂ ਸਮਝ ਲੈਣਾ ਘਰ ਮਹਿਮਾਨ ਆਏ ਆ। ਹਾਂਜੀ ਜੀ ਮਸਾਲਣ ਪਾ ਲਾਂਗੇ, ਪਾਣੀ ਨੂੰ ਚੰਗੀ ਤਰ੍ਹਾਂ ਨਚੋੜ ਲੈਂਦੇ ਹਾਂ। ਦੇਖੋ ਜੀ ਮਾਸ਼ਾਅੱਲਾ ਜੀ ਤੰਦੂਰ ਦੀਆਂ ਰੋਟੀਆਂ ਅਤੇ ਕਰੇਲਿਆਂ ਦਾ ਸਾਲਣ ਸਾਡਾ ਰੈਡੀ ਹੋ ਗਿਆ ਵਾ, ਅਤੇ ਰਹਿ ਗਈਆਂ ਸਾਡੀਆਂ ਸੇਵੀਆਂ, ਇਹ ਵੀ ਇਨਸ਼ਾਅੱਲਾ ਹੋਣ ਵਾਲੀਆਂ ਵਾ, ਫਿਰ ਮਸੇ ਨਾਲ ਖਾਵਾਂਗੇ। ਹਾਂਜੀ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਦਮ ਪੱਟ ਲਾਂਗੇ, ਬੜੀ ਮਜ਼ੇ ਦੀ ਖੁਸ਼ਬੂ ਆਉਣ ਡਈ ਆ। ਅਤੇ ਘੀ ਮੇਰੇ ਕੋਲ ਪੈ ਗਿਆ ਜ਼ਿਆਦਾ, ਲੇਕਿਨ ਬਣੀਆਂ ਬੜੇ ਮਸਾਲੀਆਂ ਭਾਜੀ, ਅਜੇ ਘੀ ਦੇ ਕਮਾਲ ਆ ਦੇਖੋ, ਕਿਉਂਕਿ ਸੇਵੀਆਂ 'ਚ ਘਿਓ ਥੋੜ੍ਹਾ ਪਤਲਾ, ਹਾਂਜੀ ਸਾਲਣ ਵੀ ਅਸੀਂ ਕੱਢ ਲਿਆ, ਅਤੇ ਕਿਉਂਕਿ ਬਰਤਨ ਅਸੀਂ ਰਾਤ ਨੂੰ ਧੋ ਲਈ ਗਏ, ਹਾਂਜੀ ਜੀ ਰੋਟੀ ਖਾ ਲਾਂਗੇ, ਰੋਟੀ ਖਾਣ ਤੋਂ ਬਾਅਦ ਬਰਤਨ ਧੋਵਾਂਗੇ। ਅਤੇ ਅੱਜ ਦਾ ਵੀ ਲੋਕ ਤੁਹਾਨੂੰ ਕਿੱਦਾਂ ਦਾ ਲੱਗਿਆ ਜੀ ਜ਼ਰੂਰ ਦੱਸਣਾ, ਲਾਈਕ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਣਾ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਤੇ ਹਾਂਜੀ ਜੀ ਸੇਵੀਆਂ ਵਾਲੀ ਚਮਚੀ ਚੁੱਕ ਲਈਏ ਸਾਡੀ ਸੇਵੀਆਂ ਦੀ ਰੈਸਪੀ, ਅਤੇ ਸਾਡਾ ਖਾਣਾ ਤਿਆਰ ਆ ਦੋ ਬੰਦਿਆਂ ਦਾ, ਦੋ ਜੀ ਮੈਂ ਅਤੇ ਮੇਰੇ ਹਸਬੈਂਡ, ਅਤੇ ਅਸੀਂ ਮਜ਼ੇ ਮਜ਼ੇ ਨਾਲ ਖਾਵਾਂਗੇ। ਅਤੇ ਨਵੀਂ ਵੀਡੀਓ 'ਚ ਮਿਲਾਂਗੇ, ਇਸ ਵੀਡੀਓ 'ਚ ਜੀ ਰੱਬ ਰੱਖਾ।